ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੇ ਤੁਹਾਡਾ ਸਾਰੇ ਵਧੀਆ ਜੇ ਤੇ ਅੱਜ ਦਾ ਵਲੌਗ ਜੇ ਆਪਣਾ ਭਰਾ ਚੱਲਾ ਜੇ ਲੰਡਨ ਮਤਲਬ ਯੂਕੇ ਤੇ ਮਤਲਬ ਇੰਗਲੈਂਡ ਤੇ ਡੈਡੀ ਜੀ ਭਰਾ ਦੇ ਸਾਡੇ ਫੁੱਫੜ ਜੀ ਦੀਦੀ ਭਰਾ ਤੇ ਮੁੰਡੇ ਦਾ ਮੁੰਡੇ ਦੀ ਮਾਂ 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 ਤੇ ਅੱਜ ਦਿਨ ਬਹੁਤ ਹੀ ਵਧੀਆ ਤੇ ਆਪਣੇ ਵਿਸ਼ੂ ਭਾਅ ਜੀ ਵਲੌਗ ਦੇ ਪ੍ਰਮੁੱਖ ਮੈਂਬਰ ਤੇ ਥੋੜੇ ਜਿਹੇ ਇਮੋਸ਼ਨਲ ਆ ਸਾਰੇ ਉਦਾਂ ਹੀ ਥੋੜੇ ਬਹੁਤੇ ਖੁਸ਼ ਲੱਗਣ ਡੇ ਆ ਪਰ ਮੁੰਡਾ ਆਪਣਾ ਚੱਲਾ ਇੰਗਲੈਂਡ ਇੱਕ ਭੂਆ ਨੂੰ ਕੋਈ ਟੈਨਸ਼ਨ ਨਹੀਂ ਇੱਕ ਨੂੰ ਦੇ ਹੱਸਣ ਕਿੱਦਾਂ ਡੇ ਅੱਜ ਕੋਈ ਲੈਣ ਦੇਣ ਨਹੀਂ ਤੇ ਮੁੰਡਾ ਚੱਲਾ ਮੁੰਡੇ ਦੀ ਮੰਮੀ ਪੂਰੀ ਖੁਸ਼ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਮਤਲਬ ਕਿ ਮੁੰਡਾ ਬਾਹਰ ਜਾ ਰਿਹਾ ਕਿੱਦਾਂ ਦਾ ਐਕਸਪੀਰੀਅੰਸ ਆ ਬਹੁਤ ਵਧੀਆ ਲੱਗਦਾ ਪਿਆ ਤੇ ਮਤਲਬ ਕਿ ਕੁਝ ਰੋਣ ਰੋਣ ਨਹੀਂ ਹੋਣ ਡਿਆ ਮਨ ਚ ਖੁਸ਼ੀ ਹੁੰਦੀ ਹੈ ਚਲੋ ਦੁੱਖ ਤੇ ਫੀਲ ਹੁੰਦਾ ਹੈ ਬੱਚਾ ਘਰੋਂ ਜਾਵੇ ਤੇ ਥੋੜਾ ਬੋਤਾ ਦੇ ਅਥਰੂ ਕੱਢੋ ਪਤਾ ਲੱਗੇ ਨਹੀਂ ਅਥਰੂ ਨਹੀਂ ਦਾ ਨਕਲੀ ਨਹੀਂ ਮੈਂ ਕੱਢ ਸਕਦੀ ਮਾੜਾ ਮੋਟਾ ਜਾ ਮਾੜਾ ਨਹੀਂ ਨਹੀਂ ਜਦੋਂ ਮੈਂ ਕੱਢਾਂਗੀ ਅਸਲੀ ਕੱਢਾਂਗੀ ਮਾਂ ਨੂੰ ਜੀ ਕੋਈ ਪਰਵਾਹ ਨਹੀਂ ਮੁੰਡੇ ਦੀ ਸਿੱਧੀ ਗੱਲ ਜੇ ਤੇ ਨਕਲੀ ਅਥਰੂ ਨਹੀਂ ਮੈਂ ਕੱਢਾਂਗੀ ਉਹ ਤੁਹਾਨੂੰ ਕੋਈ ਅਥਰੂ ਅਥਰੂ ਆਣ ਡਿਆ ਕੋਈ ਮੁੰਡਾ ਬਾਹਰ ਚ ਮਾੜਾ ਮੋਟਾ ਤੇ ਕੱਢ ਲਾ ਮਾੜਾ ਮੋਟਾ ਸੁਰਮਾ ਪਾਇਆ ਹੁਣ ਭਰਾ ਮੈਂ ਲੋ ਜੀ ਇੱਕ ਖਬਰ ਇਹਨਾਂ ਕੋਲ ਪਹੁੰਚ ਗਈ ਆ ਅਥਰੂ ਜ਼ਰੂਰੀ ਨਹੀਂ ਸੁਰਮਾ ਜ਼ਰੂਰੀ ਆ ਤੇ ਬਾਕੀ ਤੁਹਾਨੂੰ ਦਿਖਾਉਂਦੇ ਆ ਸਾਰਾ ਕੁਝ ਜੁੜੇ ਰਹੋ ਸਾਡੇ ਨਾਲ ਵਲੌਗ ਦੇ ਨਾਲ ਤੇ ਭੈਣ ਨੂੰ ਬਹੁਤ ਬਹੁਤ ਮੁਬਾਰਕ ਐਂਜੋ ਸਪਰੇ ਛੱਡ ਤੈਨੂੰ ਕੋਈ ਨਹੀਂ ਕਿ ਅੱਜ ਭਰਾ ਚੱਲਾ ਕੋਈ ਅਥਰੂ ਕੱਢ ਲੈ ਯਾਰ ਕੋਈ ਅਥਰੂ ਕੱਢਾਂਗੇ ਏਅਰਪੋਰਟ ਜਾ ਕੇ ਇੱਕ ਦੋ ਕਿਉਂ ਏਅਰਪੋਰਟ ਹੀ ਕਿਉਂ ਤੁਹਾਡਾ ਰਿਵਾਜ ਆ ਨਹੀਂ ਆ ਰਹੇ ਯਾਰ ਐਸੀ ਮੌਕਾ ਅੰਨਿਆ ਮਤਲਬ ਸੁਖਣਾ ਕਰਕੇ ਲਿਆਂਦਾ ਹੈ 2 ਸਾਲ ਹੋ ਗਏ ਸੁਖਣਾ ਕਰਕੇ ਅਸੀਂ ਹੁਣ ਅਥਰੂ ਨਹੀਂ ਕੱਢਨੇ ਕੱਢਨੇ ਪੈਣੇ ਤੁਹਾਨੂੰ ਜਦੋਂ ਮੈਂ ਗਾਣੇ ਲਾਏ ਗੱਡੀ 'ਚ ਰੋਣ ਵਾਲੇ ਬਿਲਕੁਲ ਵੀ ਨਹੀਂ ਮੈਂ ਮੁੰਡਾ ਸਾਡਾ ਤੁਰ ਚੱਲਿਆ ਕੁੜੇ ਬਾਹਰ ਕੀ ਹੋਇਆ ਹੋ ਜਾ ਥੋੜਾ ਜਿਹਾ ਮਾੜਾ ਜਿਹਾ ਕਰ ਲਾ ਨਹੀਂ ਬੇਟਾ ਨਕਲੀ ਕਈ ਮੁੰਡਾ 5 ਸਾਲ ਨਹੀਂ ਤੇ ਰੋ ਵੀ ਲੋ ਜੀ ਰੋ ਚੁੱਕੀ ਆ ਅੱਧੀ ਮੇਰਾ ਕੰਮ ਹੈਗਾ ਅੱਜ ਰਵਾਉਣੇ ਸਾਰੇ ਉਹ ਨਹੀਂ ਮੁੰਡਾ ਬਾਹਰ ਚੱਲਾ ਅੰਦਰ ਥੋੜੀ ਚੱਲਾ ਰੋਣਾ ਨਹੀਂ ਮੁੰਡਾ ਇਹ ਬਹੁਤ ਬਹੁਤ ਤਰੱਕੀ ਕਰਨੀ ਆ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਾਡਾ ਪਤਾ ਨਹੀਂ ਕਦੋਂ ਲੱਗਣਾ ਪਰ ਜਿਹਨਾਂ ਦੇ ਵੀ ਲੱਗਦੇ ਜਲਦੀ ਜਲਦੀ ਜਾਓ ਬਾਹਰ ਘੈਂਟ ਕੰਟਰੀ ਇੰਗਲੈਂਡ ਤੇ ਤੁਸੀਂ ਮਾੜਾ ਮੋਟਾ ਕੱਢ ਦਿਓ ਅਥਰੂ ਥੋੜਾ ਬਹੁਤਾ ਨਹੀਂ ਬਹੁਤ ਵਧੀਆ ਆ ਅਥਰੂ ਕਹਿੰਦੇ ਨਹੀਂ ਕੱਢਣਾ ਉੱਦਾਂ ਮੈਂ ਮਜ਼ਾਕ ਕਰਨੇ ਤੁਹਾਨੂੰ ਕੱਢ ਦਾ ਹੁਣ ਉੱਪਰ ਆ ਜਾਓ ਸਾਰੇ ਰੈਸਟ ਕਰ ਸਕਦੇ ਵੱਡੇ ਭਾਜੀ ਆਪਣੇ ਇਹ ਫਸ ਚੁੱਕੇ ਨੇ ਸਟਾਈਲ ਦੇ ਚੱਕਰ ਚ ਤੇ ਕੌਣ ਚੱਲਾ ਫਿਰ ਭਾਈ ਬਾਹਰ ਤੇ ਟੀ ਸ਼ਰਟ ਮੇਰੀ ਪਾ ਲਈ ਫਿਰ ਬਾਹਰ ਜਾਣ ਵੇਲੇ ਵੀ ਭਰਾਵਾਂ ਦਾ ਪਿਆਰ ਨਹੀਂ ਮੁੱਕਿਆ ਕਦੀ ਓਏ ਇੱਧਰ ਆਪ ਸਹੀ ਥੋੜਾ ਇੰਟਰਸਟ ਦੇ ਆਪਣੇ ਬਾਰੇ ਕੀ ਹੁੰਦਾ ਇੱਕ ਹੁੰਦੇ ਝੂਟੇ ਵੇਖ ਇੱਕ ਹੁੰਦਾ ਸਕੇ ਭਰਾ ਤੇ ਸਕਿਆਂ ਦਾ ਵੀ ਉੱਪਰ ਥੋੜਾ ਜਿਹਾ ਆ ਜਾਂਦੇ ਨੇ ਆਪਣੇ ਭਾਈ ਵਾਲੇ ਵੀ ਕੈਮਰਾ ਘਵਾ ਇੱਕ ਭਾਜੀ ਹੋਣੇ ਇੱਕ ਭਾਜੀ ਹੋਣੇ ਫਿਰ ਵੀ ਮੇਰੇ ਬਾਰੇ ਕੁਝ ਕਹਿ ਓਏ ਇਹ ਨੂੰ ਮੈਂ ਕੈਚੀ ਭਰ ਕੇ ਕੱਪੜੇ ਦਿੱਤੇ ਆ ਮੇਰੀ ਗੱਲ ਹਲੋ ਅੱਦਰ ਮੇਰੀ ਗੱਲ ਸੁਣੋ ਜਿੱਦਾਂ ਇਦਾਂ ਨਾ ਇਦਾਂ ਹੀ ਉੱਥੇ ਰਹਿਣਾ ਜੇ ਇਹ ਰਾਤ ਨੂੰ ਡਿੱਗ ਗਿਆ ਨਾ ਫਿਰ ਉੱਥੇ ਮੇਰਾ ਬਾਦ ਹੋਈ ਮੈਨੂੰ ਪਲੀਜ਼ ਮੈਨੂੰ ਮੇਰੇ ਹੱਥ ਨੂੰ ਨਹੀਂ ਨਿਕਲ ਸਕਦਾ ਤੁਹਾਨੂੰ ਪਤਾ ਕਿੰਨਾ ਸਟਰੋਂਗ ਆ ਮੈਂ ਬਿਲਕੁਲ ਨਹੀਂ ਨਿਕਲਦਾ ਅਥਰੂ ਕੋਈ ਨਹੀਂ ਆਊਗਾ ਭਰਾ ਚੱਲਾ ਬਾਹਰ ਬੜੀ ਖੁਸ਼ੀ ਮਜ਼ਾਕ ਨਹੀਂ ਵੈਸੇ ਸੱਚ ਗੱਲ ਤੁਹਾਨੂੰ ਦੱਸਾਂ ਅੰਦਰੋਂ ਹੁੰਦਾ ਤੇ ਆਈ ਆ ਸਾਰਾ ਦਿਨ ਇਕੱਠੇ ਘੁੰਮਣਾ ਸਾਰਾ ਦਿਨ ਯਾਰ ਹੀ ਬਸ ਬਣਾਏ ਆ ਜ਼ਿੰਦਗੀ 'ਚ ਸਹੇਲੀਆਂ ਨਹੀਂ ਬਣਾਈਆਂ ਵਲੌਗ ਚੱਲ ਰਿਹਾ ਇਹ ਵੀ ਤਿਆਰ ਜੇ ਪੂਰਾ ਤੇਰਾ ਰੈਡੀ ਇਹ ਵੀ ਨਾਲ ਚੱਲ ਰਿਹਾ ਕਹਿੰਦਾ ਮੈਂ ਵੀ ਜਾਣਾ ਹੀ ਜਾਣਾ ਉਸਤਾਦ ਕਿੱਥੇ ਜਾਣਾ ਉਸਤਾਦ ਕਿੱਥੇ ਜਾਣਾ ਦਿੱਲੀ ਜਾਣਾ ਭਾਅ ਜੀ ਫੁੱਟਬਾਲ ਚੌਂਕ ਰੋਕ ਲੈਣਾ ਤੈਨੂੰ ਗੁੱਸਾ ਕਰਨ ਡਿਆ ਰਹਿਣ ਦੀ
ਗੱਡੀ ਆ ਚੁੱਕੀ ਹੈ ਜੀ, ਪਰ ਗੱਡੀ ਵਾਲਿਆਂ ਨਾਲ ਥੋੜੀ ਬਹਿਸ ਫਸਾਈ ਚੱਲਦੀ ਪਈ ਬੰਦਿਆਂ ਤੋਂ, ਤੇ ਭਾਜੀ ਮੰਨ ਗਏ ਅੰਦਰੋਂ, ਖੁਸ਼ ਆ ਅੰਦਰੋਂ, ਇਹ ਚੰਗਾ ਬਚਣਾ ਪਿਆ ਉਦਾਂ। ਤੇ ਹੁਣ ਜਿਹੜੇ ਰਸਮ ਰਿਵਾਜ ਬਣੇ ਆ ਉਹ ਤਾਂ ਕਰਨੇ ਹੀ ਪੈਣੇ। ਆਹ ਕੀ ਹੁਣ ਡਿਆ ਇੰਨਾ ਚਾਹ? ਚੁੱਪ ਹੋ ਗਏ ਸਾਰੇ ਭਰਾ ਤੇ ਪੂਰਾ ਫੋਕਸ। ਇਹ ਹੁੰਦਾ ਥੋੜਾ ਜਿਹਾ ਇਮੋਸ਼ਨਲ ਟਾਈਮ, ਤੇ ਸਗਨ ਮੈਨੂੰ ਕਿਉਂ ਨੀ ਮਿਲਣਾ ਚਾਹੀਦਾ? ਸਗਨ ਬਣਦਾ ਨਾ, ਬਣਦਾ ਸਗਨ ਆਪੇ ਹੀ ਲਾਉਣਾ, ਵਿਆਹ ਹੋਇਆ ਨੂੰਹ ਲਿਆਂਦੀ ਹੈ। ਕੋਈ ਮਾੜਾ ਮੋਟਾ ਕੱਢ ਲਓ ਅਥਰੂ ਭਰਾ, ਫੇਰ ਕੱਢ ਲਓ ਯਾਰ, ਤੁਹਾਡੇ ਕਢਾ ਦੇਣੇ ਮੈਂ ਜਾਂਦੇ ਜਾਂਦੇ ਕਢਾ ਦੇਣੇ। ਹੁਣ ਮੈਂ ਆਊਂਗਾ ਵਲੋਗ ਚ ਰਾਇਣ ਬਣਾ। ਅੱਧਾ ਖਾਧਾ ਮੈਂ ਖਾਊਂਗਾ ਚੰਗਾ। ਗਰਮੀ ਵੇਲੀ ਆਉਂਦੇ ਆ ਸਾਨੂੰ ਨਵੀਂ ਚੀਜ਼ ਤੁਹਾਨੂੰ ਬਲੋਗ ਚ ਤਾਂ ਦੱਸ ਰਹੇ ਆ ਨਵੀਂ ਚੀਜ਼ ਕਿ ਸਾਰੇ ਕਰੋ ਏਦਾਂ, ਬੜਾ ਕੁਝ ਮਿਲਦਾ ਜੇ, ਇੱਕ ਦਿਲ ਨੂੰ ਸਕੂਨ ਮਿਲਦਾ ਜੇ। ਭੁੱਖ ਹੀ ਖਿਲਾਰਦੇ ਰਹਿੰਦੇ ਨੇ ਜਿੱਥੇ ਆਉਂਦੇ ਨੇ। ਚਲੋ ਜੀ ਪੈਕਿੰਗ ਦਾ ਤਿਆਰ ਹੋ ਚੁੱਕੀ ਨੇ, ਅੱਗੇ ਟੋਇਲਟ ਵਾਈ ਚੱਲ ਰਹੀ ਨੇ। ਚਲੋ ਜੀ ਜ਼ਿਆਦਾ ਬੋਰ ਨਾ ਕੀਤਾ ਜਾਵੇ ਤੇ ਘੁੰਮ ਕੇ ਤੈਨੂੰ ਆ ਚੁੱਕੀ ਹੈ। ਇਸੇ ਨਾਲ ਆਪਾਂ ਅੱਗੇ ਚੱਲ ਰਹੇ ਹਾਂ। ਆਜੋ 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 ਸਾਰੇ ਆਜੋ, ਤੂੰ ਕਿੱਧਰ ਵਜਣਿਆ ਆਜੋ। ਅੱਛੇ ਜ਼ਿਆਦਾ ਹੀ ਫੋਮ ਚ ਨੇ ਬੰਦੇ, ਕੋਈ ਇਹਨੂੰ ਕਹਿੰਦੇ ਪਿਆਰ। ਲੱਗਦਾ ਕੋਈ ਰੋ ਪਿਆ, ਲੱਗਦਾ ਕੋਈ ਤੇ ਰੋਇਆ, ਕੋਈ ਤੇ ਰੋਇਆ ਲੱਗਦਾ। ਕੌਣ ਰੋਇਆ? ਸ਼ੁਕਰ ਆ ਪਰਮਾਤਮਾ ਇੱਕ ਨੂੰ ਤਾਂ ਦਇਆ ਆਈ। ਕਿ ਝੂਠਾ ਗੰਢੀ ਆ, ਸੱਚੀ ਗੰਢੀ ਰੋਟ ਲੈਣਾ ਮਾੜਾ ਮਾੜਾ ਰੱਖੋ। ਨਹੀਂ ਨਹੀਂ ਅਸਲੀ ਰੋਣਡੀ ਆ, ਅਸਲੀ ਤੁਸੀਂ ਅਸੀਂ ਜਾਣਦੇ ਭਾਜੀ, ਚੁੱਪ ਕਰਾਓ ਸੀ ਜਾਣਦੇ ਸੀ। ਕਹਿੰਦੇ ਸੀਮਾ ਨੂੰ ਰੋਂਦੇ ਦੇਖੇ ਨਾ, ਹਾਸਾ ਆਉਂਦਾ ਅਗਲੇ ਬੰਦੇ, ਹਾਸਾ ਆਉਂਦਾ। ਫਲੈਸ਼ ਔਨ ਕਰ ਲਈਏ, ਨਹੀਂ ਦੇਖਿਆ ਜਾ ਰਿਹਾ ਮੇਰੇ ਕੋਲ, ਤੁਹਾਨੂੰ ਪਤਾ ਹੀ ਆ ਕਿੰਨਾ ਇਮੋਸ਼ਨਲ। ਤੈਨੂੰ ਅਕਲ ਨਹੀਂ ਆਈ, ਤੈਨੂੰ ਅਕਲ ਨਹੀਂ ਆਈ, ਤੈਨੂੰ ਨਹੀਂ ਅਕਲ ਆਉਣੀ ਸਾਰੀ ਉਮਰ। ਹਾਂਜੀ ਥੋੜ੍ਹਾ ਜਿਹਾ ਟੈਕਨੀਕਲ ਇਸ਼ੂ ਕਰਕੇ ਉਲਟੀਆਂ ਵੱਜ ਗਈਆਂ ਬਹੁਤ ਜ਼ਿਆਦਾ, ਅਤੇ ਮੇਰੀਆਂ ਕਿੱਥੇ ਵੱਜਣੀਆਂ? ਸਿੱਧੀ ਆਪਾਂ ਅੱਗੇ ਬੈਠੇ ਹਾਂ ਭਾਈ ਹੋਣਾਂ ਨਾਲ, ਭਾਈ ਹੋਣਾਂ ਨੇ ਇੱਕ ਵਾਰੀ ਨਹੀਂ ਬੁਲਾਇਆ ਸਾਨੂੰ ਆਉਂਦਾ ਚੱਜ ਨਾਲ, ਅਤੇ ਉੱਠ ਨਹੀਂ ਰੋਈ ਤਾਂ
बस 14 किलोमीटर रह गए हैं ते 14 किलोमीटर बाद आप मुंडे नु कर देना रवाना मुंडे देखो उठ यार मुंडा अगला लगने अगला अणकला तो चोर लगन दिया ते तानू मिलते हैं बहुत माड़ी हाल है जिन्हें आना आप गड्डी चला के आवे नाल ना बह के आवे चंगा बनया ठीक बनाता असी दोनों ने काम वधिया कीता जिन्होंने फड़ाया ही लो गाइस जिवें कि आपां पहुंच चुके हैं जी अपने बंदे नूं लै के दिल्ली एयरपोर्ट पहुंच चुके हैं टेंशन बजा हो गया ने इधर भाजी होने बैठे ने इधर सारे बैठे हुए ने ते रोमांचक मोड़ तक पहुंचे भाजी नूं पै गई कोई टेंशन सिम दी टेंशन ते अगे चकदे आ न्यू शॉट लो भी गाइस जा रहे आपां मैं चलिया फिर लो जी ब्लॉगर खुद ही समान लैके भज गए ने ब्लॉगर ब्लॉगर ने मैनू बना नहीं दिता नहीं तो उल्टियां मान डे राज बड़िया कला ही उन्होंने लिया के देना बेचारे इतने तुम सोहन सोहनिया कुड़िया देखने को मिल गई साहब इतने देखो जी थोड़ा जा बीमार जरूर ही पर टलदे नहीं दसो फिर किदा का लग रहा मुंडा बाहर चला कोई रिव्यू दो मुंडा बाहर जाने की खुशी तो बहुत है नहीं नहीं रोना नहीं गई गई मिशन कंप्लीट मिशन कंप्लीट मैं बस इतने वो अगे आई पिछे रह गए रोना नहीं रोना नहीं जाओ मिलो गले ओ भरा उधर ही उठ गया जाओ रोन वाला काम होने लगा स्टार्ट होना अड्डा मूह करता बाद चलो जी चला जे भाऊ ओके जी सारे नूं